71 ਕਾਂਗਰਸਮੈਨ ਨੂੰ ਤੇ ਆਪਣੇ ਕਾਂਗਰਸ ਨੂੰ ਇਹ ਗੱਲ ਦੱਸ ਦੇਣਾ ਚਾਹੁੰਦਾ ਕਿ ਸਮੁੱਚੀ ਕਾਂਗਰਸ ਪਾਰਟੀ ਜਿਹੜੀ ਅੱਜ ਚੌਧਰੀ ਸਾਹਿਬ ਤੁਹਾਡੇ ਪਰਿਵਾਰ ਨਾਲ ਵਿਕਰਮ ਫਿਕਰ ਕਰਨ ਦੀ ਲੋੜ ਨਹੀਂ, ਸਮੂਹ ਸਾਰਾ ਪੰਜਾਬ ਅੱਜ ਤੁਹਾਡੀ ਬੇਟੀ। ਮੈਂ ਆਪਣੀ ਵੱਡੀ ਭੈਣ ਤੇ ਭਰਜਾਈ ਕਰਮਜੀਤ ਕੌਰ ਜੀ ਨੂੰ ਕਹਿਣਾ ਚਾਹੁੰਦਾ, ਹੁਣ ਵੱਡੀ ਜ਼ਿੰਮੇਵਾਰੀਆਂ ਨਿਭਾਉਣ ਵਾਸਤੇ ਤਿਆਰੀ ਕਰੋ। ਇਹ ਸੰਕੇਤ ਤੌਰ ਤੱਕ ਆ ਚੁੱਕੇ, ਇਹ ਮੌਕਾ ਨਹੀਂ ਵੇਖਿਆ, ਬਟ ਮੈਂ ਸਮਝਦਾ ਇਹ ਠੀਕ ਹੈ। ਬਹੁਤ ਵੱਡਾ ਖਲਾਅ ਹੈ, ਬਹੁਤ ਵੱਡਾ ਦੁੱਖ ਹੈ, ਇਹ ਟਾਈਮ ਦੇ ਨਾਲ ਹੀ ਏਡਾ ਵੱਡਾ ਖਲਾਅ, ਏਡਾ ਵੱਡਾ ਜ਼ਖਮ ਭਰਨਾ, ਪਰ ਤੁਹਾਡੀਆਂ ਨਿਰੀਆਂ ਪਰਿਵਾਰ ਤੱਕ ਹੀ ਨਹੀਂ, ਤੁਹਾਡੀਆਂ ਜ਼ਿੰਮੇਵਾਰੀਆਂ ਚੌਧਰੀ ਸਾਹਿਬ ਦੇ ਜਿਹੜੇ ਸਪਨੇ ਉਹਨਾਂ ਨੂੰ ਸਾਕਾਰ ਕਰਨ ਵਾਸਤੇ ਤੁਹਾਨੂੰ ਹੁਣ ਤਿਆਰ ਹੋਣਾ ਪੈਣਾ। ਪਾਰਟੀ ਤੁਹਾਡੇ ਨਾਲ ਹੈ, ਵੱਡੀ ਜ਼ਿੰਮੇਵਾਰੀ ਆਉਂਦੇ ਵਕਤ ਦੇ ਵਿੱਚ ਤੁਹਾਨੂੰ ਸਾਂਭਣੀਆਂ ਪੈਣੀਆਂ। ਇਸ ਪਰਿਵਾਰ ਦਾ ਜਿਹੜਾ ਜ਼ਿਕਰ ਕੀਤਾ, ਕਿਉਂਕਿ ਸਾਡੇ ਭਾਈ ਹਿਮਾਚਲ ਦੇ ਸੀਐਮ ਸੁਖਵਿੰਦਰ ਸਿੰਘ ਸੁੱਖੂ ਜੀ ਵਿਸ਼ੇਸ਼ ਇੱਥੇ ਆਏ, ਸਾਡੀ ਭੈਣ ਸਹਿਜਾ ਜੀ ਬੈਠੇ ਨੇ, ਦੋ ਸਾਡੇ ਫਾਰਮਰ ਚੀਫ ਮਿਨਿਸਟਰ ਨੇ ਆਪਣੀ ਗੱਲ ਕੀਤੀ, ਮੈਂਬਰ ਆਫ ਪਾਰਲੀਮੈਂਟ ਇੱਥੇ ਪਹੁੰਚੇ ਨੇ, ਸੀਨੀਅਰ ਮੋਸਟ ਕਾਂਗਰਸ ਦੀ ਲੀਡਰਸ਼ਿਪ ਐਮ ਐਲ ਏ ਸਾਰੇ ਇੱਥੇ ਬੈਠੇ ਨੇ, ਮੇਰੇ ਆਪਣੇ ਸਾਥੀ ਡੈਪੀ ਲੀਡਰ ਚੱਬੇਵਾਲ ਸਾਹਿਬ ਵੀ ਇੱਥੇ ਤਸ਼ਰੀਫ ਫਰਮਾਨ, ਸਾਰੇ ਹੀ ਸਾਰਿਆਂ ਦੀ ਮਰਜ਼ੀ ਇਹੀ ਹੈ ਕਿ ਤੁਸੀਂ ਜ਼ਿੰਮੇਵਾਰੀ ਸਾਧੋ, ਦੁੱਖ ਸਾਰਿਆਂ ਨੂੰ ਆਉਂਦੇ। ਉਂਝ ਜਿੱਥੇ ਅਸੀਂ ਅੱਜ ਨਤਮਸਤਕ ਹੋ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਪਾਵਨ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ, ਤਾਕਤ ਵੀ ਸਾਨੂੰ ਅਖੀਰ ਉੱਥੇ ਮਿਲੇ। ਆਓ ਉੱਠੀਏ, ਤਗੜੇ ਹੋਈਏ, ਆਪਣੀ ਜ਼ਿੰਮੇਵਾਰੀ ਨਿਭਾਓ। ਚੰਦ ਹਫ਼ਤਿਆਂ ਤੱਕ ਤੁਹਾਡੀ ਝੋਲੀ ਵਿੱਚ ਵੱਡੀਆਂ ਜ਼ਿੰਮੇਵਾਰੀਆਂ ਪੈਣੀਆਂ ਨੇ, ਉਹਨੂੰ ਸੰਭਾਲਣ ਦੀ ਆਪਾਂ ਤਿਆਰੀ ਕਰੀਏ। ਬਹੁਤ ਵੱਡਾ ਸੁੱਖੂ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਅਸੀਂ ਕਹਿ ਦੇਣਾ ਬੜਾ ਸੌਖਾ ਹੁੰਦਾ ਟਕਸਾਲੀ ਪਰਿਵਾਰ, 100 ਸਾਲ ਮਾਸਟਰ ਗੁਰਬੰਤਾ ਸਿੰਘ ਜੀ ਜਿਹੜੇ ਖੁਦ ਟੀਚਰ ਸੀ, 7 ਵਾਰ ਲਗਾਤਾਰ ਐਮ ਐਲ ਏ ਰਹੇ, 1972 ਤੋਂ 70 ਦੀ ਟਰਮ ਅਨਪੋਜ ਐਮ ਐਲ ਏ ਬਣੇ, ਡਿਪਟੀ ਸੀਐਮ ਦਾ ਰੋਲ ਅਦਾ ਕੀਤਾ। ਚੌਧਰੀ ਜਗਜੀਤ ਸਿੰਘ ਜੀ 5 ਦਫ਼ਾ ਉਹ ਰਹੇ, ਉਹਨਾਂ ਦੇ ਬੇਟੇ ਵੱਡੇ ਛੋਟੇ ਸੰਤੋਖ ਸਿੰਘ ਜੀ 2 ਦਫ਼ਾ ਐਮ ਐਲ ਏ, 2 ਦਫ਼ਾ ਮਿਨਿਸਟਰ, 2 ਦਫ਼ਾ ਐਮ ਪੀ ਰਹੇ, ਤੇ ਦੋਨੋਂ ਹੀ ਪਰਿਵਾਰਾਂ ਚੋਂ ਅੱਗੇ ਸੁਰਿੰਦਰ ਜੀ ਵੀ ਬੈਠੇ ਨੇ ਤੇ ਵਿਕਰਮ ਜੀ ਵੀ ਬੈਠੇ, ਤੇ ਤੀਸਰੀ ਪੀੜ੍ਹੀ ਜਿਹੜੀ ਹੈ ਇਹ ਸੂਬੇ ਦੀ ਦੇਸ਼ ਦੀ ਸੇਵਾ ਕਰ ਰਹੀ ਹੈ। ਤੋਂ ਇੰਨਾ ਜ਼ਿਆਦਾ ਨਾ ਜਾਂਦਾ ਹੋਇਆ ਮੈਂ ਸਮੂਹ ਚੌਧਰੀ ਪਰਿਵਾਰ ਵੱਲੋਂ, ਕਿਉਂਕਿ ਮੇਰੇ ਵੱਡੇ ਭਾਈ ਸਨ, ਆਈਆਂ ਹੋਈਆਂ ਸਾਧ ਸੰਗਤਾਂ ਦਾ ਤੇ ਵਿਸ਼ੇਸ਼ ਤੌਰ ਕਾਂਗਰਸ ਦੀ ਲੀਡਰਸ਼ਿਪ, ਇਸ ਹਲਕੇ ਦੇ ਸਮੂਹ ਰਿਲੀਜੀਅਸ ਸਾਡੇ ਧਾਰਮਿਕ ਗੁਰੂ ਸਾਹਿਬਾਨ ਵੀ ਤੇ ਸ਼ਰੀਫ ਫਰਮਾਨ ਹੈ, ਤੇ ਬਾਕੀ ਵੀ ਅਜ਼ੀਮ ਸ਼ਖਸੀਅਤਾਂ ਬਹੁਤ ਸਾਰੀਆਂ ਵੇਰੀਅਸ ਫੀਲਡਸ ਆਫ ਇੱਥੋਂ ਆਈਆਂ ਨੇ, ਕੋਈ ਸੋਸ਼ਲ, ਕੋਈ ਬਿਊਰੋਕਰੇਸੀ ਨਾਲ ਤਲਕ ਰੱਖਣ ਵਾਲੇ, ਉਹ ਸਾਰਿਆਂ ਨੂੰ ਇਸ ਦੁੱਖ ਦੀ ਘੜੀ ਵਿੱਚ ਸ਼ਰੀਕ ਹੋਣ ਵਾਸਤੇ ਚੌਧਰੀ ਪਰਿਵਾਰ ਨਾਲ ਮੈਂ ਪਰਿਵਾਰ ਵੱਲੋਂ ਸ਼ੁਕਰਾਨਾ ਕਰਨਾ ਚਾਹੁੰਦਾ। ਸੋ ਇੰਨਾ ਹੀ ਕਹਿੰਦਾ ਹੋਇਆ ਮੈਂ ਇਜਾਜ਼ਤ ਲਵਾਂਗਾ, ਗੁਰੂ ਮਹਾਰਾਜ ਸਾਹਿਬ ਦੇ ਚਰਨਾਂ 'ਚ ਇਹ ਅਰਦਾਸ ਕਰਾਂਗਾ ਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਓ, ਤੇ ਚੌਧਰੀ ਪਰਿਵਾਰ ਨੂੰ ਤੇ ਵਿਸ਼ੇਸ਼ ਤੌਰ ਸਾਡੀ ਭੈਣ ਨੂੰ ਜਿਹੜੀ ਵੱਡੀ ਜ਼ਿੰਮੇਵਾਰੀ ਆਉਂਦੇ ਹਫ਼ਤਿਆਂ 'ਚ ਇਹਨਾਂ ਝੋਲੀ 'ਚ ਪੈਣੀ ਹੈ, ਉਹਦੇ ਵਿੱਚ ਬਲ ਬਖਸ਼ੋ, ਇਹਨਾਂ ਨੂੰ ਤਾਕਤ ਬਖਸ਼ੋ। ਇੰਨਾ ਹੀ ਕਹਿੰਦਾ ਹੋਇਆ ਇਜਾਜ਼ਤ ਲਵਾਂਗਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।